ਗੁਰਦੇ ਅੱਜਕੱਲ ਪ੍ਰੋਬਲਮ ਦੇ ਵਿੱਚ ਬਹੁਤ ਨੇ ਸੰਕੇਤ ਕਹਿੰਦੇ ਮਾੜੇ ਚੱਲ ਰਹੇ ਨੇ ਦੂਸਰੇ ਤੀਸਰੇ ਘਰ ਦੇ ਕਿਸੇ ਮੈਂਬਰ ਨੂੰ ਪੁੱਛ ਕੇ ਦੇਖੀਏ ਤਾਂ ਕਹਿ ਦਿੰਦਾ ਵੀ ਗੁਰਦੇ ਦੀ ਪ੍ਰੋਬਲਮ ਆ ਗਈ ਹੈ ਗੁਰਦਿਆਂ ਦੇ ਵਿੱਚ ਪ੍ਰੋਬਲਮ ਜਿਹੜੀ ਵੱਧ ਚੁੱਕੀ ਹੈ ਯਕੀਆਂ ਦੇ ਗੁਰਦੇ ਫੇਲ ਹੋ ਗਏ ਕਈ ਕਹਿੰਦੇ ਨੇ ਗੁਰਦੇ ਚੇਂਜ ਕਰਾਉਣੇ ਨੇ ਅਸਲ ਕਾਰਨ ਕੀ ਮੰਨਦੇ ਹੋ ਕਿ ਗੁਰਦੇ ਅੱਜਕੱਲ ਖਰਾਬ ਕਿਉਂ ਹੋ ਰਹੇ ਨੇ ਏਸੀ ਦੇ ਵਿੱਚ ਬੈਠ ਕੇ ਪਸੀਨਾ ਤਾਂ ਆਉਣਾ ਨਹੀਂ ਪਿਆਸ ਕਿੱਥੋਂ ਲੱਗੂਗੀ ਜੀ ਠੀਕ ਹੈ ਜੀ ਉਹਦੇ ਕਰਕੇ ਤੁਹਾਡੇ ਜਿਹੜੇ ਗੁਰਦੇ ਆ ਉਹਨਾਂ ਦੇ ਵਿੱਚ ਪਥਰੀ ਹੁੰਦੀ ਅਸਲ ਦੇ ਵਿੱਚ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜਿਵੇਂ ਆਪਾਂ ਸਭ ਤੋਂ ਬਿਗਨਿੰਗ ਕਹਿੰਦੇ ਇਨੀਸ਼ੀਅਲ ਪੁਆਇੰਟ ਜਿਹੜਾ ਆਪਾਂ ਕਹਿੰਦੇ ਨੇ ਵੀ ਜ਼ੀਰੋ ਤੋਂ ਸਟਾਰਟ ਹੁੰਦਾ ਆ ਪਥਰੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿਵੇਂ ਬਣਨੀ ਸ਼ੁਰੂ ਕਿਵੇਂ ਹੁੰਦੀ ਆ ਆਮ ਪਿੰਡਾਂ 'ਚ ਆਪਾਂ ਜਿੱਥੇ ਪਾਣੀ ਖੜ ਜਾਂਦਾ ਉੱਥੇ ਦੇਖ ਲੈਂਦੇ ਆ ਵੀ ਹਰਿਆਲੀ ਜੰਮਦੀ ਆ ਜਾਂ نیچے ਪਾਣੀ ਦੇ ਗਾਧ ਜੰਮਣੀ ਸ਼ੁਰੂ ਹੋ ਜਾਂਦੀ ਆ ਉਹੀ ਕੰਮ ਆਪਣੇ ਸੇਮ ਦੇ ਵਿੱਚ ਹੁੰਦਾ ਹੈ ਜਿੰਨਾ ਆਪਣਾ ਉਹ ਕਹਿੰਦੇ ਆ ਨਾ ਜੀ ਵੀ ਪਾਣੀ ਚੱਲਦਾ ਹੀ ਸਾਫ਼ ਰਹਿੰਦਾ ਜੇ ਇਹ ਖੜ ਜਵੇ ਤਾਂ ਸਮੈਲ ਆਉਣ ਲੱਗ ਜਾਂਦੀ ਹੈ। ਅੱਜਕੱਲ ਕਾਫੀ ਜਿਵੇਂ ਮੇਰੇ ਵਰਗੇ ਨੌਜਵਾਨ ਨੇ ਜੋ ਰਜਮਾਇਸ਼ ਬਹੁਤ ਕਰਦੇ ਨੇ, ਬਾਡੀ ਬਿਲਡਿੰਗ ਦਾ ਸ਼ੌਂਕ ਰੱਖਦੇ ਨੇ, ਸਿਹਤ ਚੰਗੇ ਕੱਪੜੇ ਪਾਉਣੇ, ਚੰਗੀ ਸਿਹਤ ਬਣਾਉਣੀ ਬੜਾ ਸ਼ੌਂਕ ਰੱਖਦੇ ਨੇ, ਜਿੰਮਾਂ ਦੇ ਵਿੱਚ ਜਾਂਦੇ ਨੇ। ਹਾਲਾਂਕਿ ਚੰਗੀ ਸਿਹਤ ਹੋਣ ਦੇ ਬਾਵਜੂਦ ਐਸੀਆਂ ਕਾਫੀ ਜੜੀਆਂ ਨੇ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਕਿ ਚੰਗੇ ਭਲੇ ਸਿਹਤ ਦੇ ਮੁੰਡੇ ਦੇ ਗੁਰਦੇ ਫੇਲ ਹੋ ਗਏ ਜੀ। ਫਿਰ ਉੱਥੇ ਕਿ ਕਾਰਨ ਕੀ ਹੈ ਕਿਉਂਕਿ ਜਿਮ ਦੇ ਵਿੱਚ ਤਾਂ ਡੀਹਾਈਡਰੇਟਡ ਹੋਣ ਨੂੰ ਬੰਦੇ ਨੂੰ ਸਿਖਾਇਆ ਜਾਂਦਾ ਹੈ ਯਾਨੀ ਕਿ ਹਾਈਡਰੇਟਡ ਰਹੋ ਡੀਹਾਈਡਰੇਸ਼ਨ ਤੋਂ ਬਚੋ ਫਿਰ ਉੱਥੇ ਪ੍ਰੋਬਲਮ ਕਿੱਥੇ ਆਉਂਦੀ ਹੈ ਫਿਰ ਇਸ ਦਾ ਅਸਲ ਰਿਜ਼ਲਟ ਕੀ ਹੈ ਯਾਨੀ ਕਿ ਅਸਲ ਜੇ ਆਪਾਂ ਕਹਦੇ ਆ ਇਹਦੀ ਮੈਡੀਸਨ ਕੀ ਲੈ ਸਕਦਾ ਬੰਦਾ ਜਿਹਦੇ ਜੇ ਗੁਰਦੇ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਘਰੇ ਬੈਠੇ ਉਸ ਨੂੰ ਕਿਸ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਤੇ ਤੁਹਾਡੇ ਕੋਲ ਇਸ ਦਾ ਕੀ ਸਮਾਜ ਹੈ ਇੱਕ ਆਪਣੇ ਆਮ ਪਿੰਡਾਂ ਦੇ ਵਿੱਚ ਜਿਆਦਾ ਪਹਾੜੀ ਏਰੀਆ 'ਚ ਜਾਂ ਟਿੱਬਿਆਂ ਵਾਲੇ ਏਰੀਏ ਦੇ ਵਿੱਚ ਭਖੜਾ ਆਉਂਦਾ ਹੈ ਜਿਹਨੂੰ ਭੌਖੜਾ ਵੀ ਕਹਿੰਦੇ ਆ ਬਹੁਤ ਤਿੱਖੇ ਕੰਡੇ ਹੁੰਦੇ ਨੇ ਉਹਨੂੰ ਅੱਧ ਕੁਟਾ ਕਰਕੇ ਉਹਦਾ ਕਾੜਾ ਬਣਾ ਕੇ ਚੰਗੀ ਤਰ੍ਹਾਂ ਉਬਾਲ ਕੇ ਕਾੜਾ ਬਣਾ ਕੇ ਠੰਡਾ ਕਰਕੇ ਠੀਕ ਹੈ ਜੀ ਹਫ਼ਤੇ 'ਚ 2-3 ਵਾਰੀ ਪੀਓ ਉਹ ਵਗੈਸੇ ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਕਹਿੰਦੇ ਬੜੀ ਸੋਹਣੀਆਂ ਲਾਈਨਾਂ ਨੇ ਕਹਿੰਦੇ ਬਾਕੀ ਦੇ ਕੰਮਾਂ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅੱਜ ਦੀ ਜ਼ਿੰਦਗੀ ਦੇ ਵਿੱਚ ਬੰਦਾ ਪੈਸੇ ਦੀ ਦੌੜ ਪਿੱਛੇ ਇੰਨਾ ਕੁ ਰੁਝਾਨ ਇੰਨਾ ਕੁ ਵੱਧ ਗਿਆ ਹੈ ਉਹਦਾ ਕਿ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦਾ ਦਿਨ ਰਾਤ ਬਸ ਇਹੀ ਸੋਚਦਾ ਰਹਿੰਦਾ ਵੀ ਕਿਸ ਤਰੀਕੇ ਦੇ ਨਾਲ ਮੈਂ ਪੈਸਾ ਵੱਧ ਗਿਣਤੀ ਦੇ ਵਿੱਚ ਬਣਾ ਸਕਦਾ ਆ ਵੀ ਤਾਂ ਕਿ ਮੈਂ ਆਪਣੇ ਲਈ ਸ਼ੌਂਕ ਨੇ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਖਰੀਦ ਸਕਾਂ ਲਾਈਫ ਸਟਾਈਲ ਵਧੀਆ ਕਰ ਸਕਾਂ ਪਰ ਉਹ ਲਾਈਫ ਸਟਾਈਲ ਚੰਗੇ ਕਰਨ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕਰ ਬੈਂਦਾ ਆ ਇਹ ਚੀਜ਼ ਅੱਜ ਕੱਲ ਦੇ ਟਾਈਮ ਦੇ ਵਿੱਚ ਮੈਂ ਮੇਰੀ ਗੱਲ ਕਰ ਲਵਾਂ ਜਾਂ ਹੋਰ ਵੀ ਮੇਰੇ ਸਾਥੀ ਜਿੰਨੇ ਵੀ ਜਿਹੜੇ ਦੇਖ ਰਹੇ ਹੋਣਗੇ ਸਰੋਤੇ ਇਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਬਹੁ ਗਿਣਤੀ ਜਿਹੜੀ ਹੋਊਗੀ ਉਹ ਐਸੇ ਹੋਣਗੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਸਿਹਤ ਦੀ ਕੋਈ ਨਾ ਕੋਈ ਪ੍ਰੋਬਲਮ ਅੱਜ ਕੱਲ ਹੀ ਰਹੀ ਹੈ ਉਹ ਕਿਉਂ ਕੁਝ ਕਾਰਨ ਨੇ ਐਸੇ ਸ਼ਾਇਦ ਹੋ ਸਕਦਾ ਲਾਈਫ ਸਟਾਈਲ ਦੇ ਵਿੱਚ ਖਾਣ ਪੀਣ ਦੇ ਵਿੱਚ ਕਾਫੀ ਐਸੇ ਕਾਰਨ ਨੇ ਅਸੀਂ ਅੱਜ ਇੱਕ ਵਾਰ ਫੇਰ ਤੋਂ ਪਿੰਡ ਸੰਘੋਲ ਯਾਨੀ ਕਿ ਉੱਚਾ ਪਿੰਡ ਨਾਂ ਤੋਂ ਜਿਹੜਾ ਆ ਬੜਾ ਇਤਿਹਾਸਿਕ ਪਿੰਡ ਹੈ ਇੱਥੇ ਆਏ ਆ ਫੇਰ ਤੋਂ ਤੁਹਾਡੀ ਮੁਲਾਕਾਤ ਡਾਕਟਰ ਜਗਰੂਪ ਸਿੰਘ ਪੰਗੋਣਾ ਨਾਲ ਕਰਾਵਾਂਗੇ ਕਿਉਂਕਿ ਕਿਉਂਕਿ ਅੱਜ ਦਾ ਜਿਹੜਾ ਵਿਸ਼ਾ ਲੈ ਕੇ ਆਇਆ ਨਾ ਮੈਂ ਸੇਤਾਲਾ ਤੇ ਅੱਜ ਦੇ ਇਸ ਹੈਲਥ ਸ਼ੋਅ ਦੇ ਵਿੱਚ ਜਿਹੜਾ ਟਾਪਿਕ ਹੋਊਗਾ ਉਹ ਇਹ ਹੋਊਗਾ ਵੀ ਗੁਰਦੇ ਜਿਹੜੇ ਨੇ ਉਹਨਾਂ ਦੀ ਪ੍ਰੋਬਲਮ ਬਹੁਤ ਆ ਰਹੀ ਹੈ ਅੱਜਕੱਲ੍ਹ ਅਕਸਰ ਸੁਣਦੇ ਆ ਕਿ ਗੁਰਦੇ ਫਲਾਣੇ ਬੰਡੇ ਦੇ ਪਿੰਡ ਦੇ ਵਿੱਚ ਫਲਾਣੇ ਬੰਦੇ ਦੇ ਜਿਹੜੇ ਨੇ ਗੁਰਦੇ ਫੇਲ ਹੋ ਗਏ ਇਹ ਪਿੰਡਾਂ ਦੇ ਵਿੱਚ ਵੀ ਗੱਲ ਸੁਣਨ ਚ ਆ ਰਹੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਕਹਿੰਦੇ ਸੀ ਖਰਾਕਾਂ ਸ਼ਹਿਰਾਂ ਨਾਲ ਕਿਤੋਂ ਵਧੀਆਂ ਨੇ ਪਰ ਫੇਰ ਵੀ ਪਿੰਡਾਂ ਦੇ ਵਿੱਚ ਵੀ ਜਿਹੜੀ ਇਹ ਪ੍ਰੋਬਲਮ ਆਮ ਸੁਣਨ ਨੂੰ ਮਿਲ ਚੁੱਕੀ ਹੈ ਦੂਸਰੇ ਤੀਸਰੇ ਘਰ ਦੇ ਵਿੱਚ ਕੁਝ ਐਸੀਆਂ ਜਿਹੜੀਆਂ ਨੇ ਗੱਲਾਂ ਅਕਸਰ ਸੁਣਨ ਨੂੰ ਮਿਲ ਜਾਂਦੀਆਂ ਨੇ ਵੀ ਗੁਰਦੇ ਖਰਾਬ ਹੋ ਗਏ ਇਹ ਗੁਰਦੇ ਅਸਲ ਦੇ ਵਿੱਚ ਖਰਾਬ ਕਿਉਂ ਹੁੰਦੇ ਨੇ ਵੀ ਜਿਹੜੀ ਰੱਬ ਨੇ ਮਸ਼ੀਨਰੀ ਬਣਾ ਕੇ ਭੇਜੀ ਹੈ ਇਹ ਕੀ ਅਸਲ ਦੇ ਵਿੱਚ ਖਰਾਬ ਕਿਉਂ ਹੁੰਦੀ ਹੈ ਕਿਵੇਂ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਤੇ ਕਿਵੇਂ ਬਾਜ਼ਾਰ ਦੇ ਵਿੱਚ ਬਾਜ਼ਾਰ ਮੈਂ ਇਸ ਕਰਕੇ ਕਹਿਣਾ ਹੁੰਨਾ ਕਿਉਂਕਿ ਮਾਰਕੀਟ ਦੇ ਵਿੱਚ ਨਾ ਇਸ ਚੀਜ਼ ਦਾ ਵਪਾਰ ਬਹੁਤ ਚੱਲ ਰਿਹਾ ਹੈ ਗਲਤ ਲੋਕਾਂ ਨੂੰ ਡਾਇਵਰਟ ਬਹੁਤ ਕੀਤਾ ਜਾਂਦਾ ਆ ਯਾਨੀ ਕਿ ਮੁੱਦੇ ਤੋਂ ਭੜਕਾ ਕੇ ਕਿਤੇ ਹੋਰ ਲੈ ਜਾਓ ਫਿਰ ਵਾਪਸ ਉੱਥੇ ਲੈ ਕੇ ਆਓ ਬਹੁਤ ਚੀਜ਼ਾਂ ਨੇ ਐਸੀਆਂ ਸਾਰੀਆਂ ਗੱਲਬਾਤ ਕਰਾਂਗੇ ਅੱਜ ਮੇਰੇ ਨਾਲ ਡਾਕਟਰ ਜਗਰੂਪ ਸਿੰਘ ਜੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਚੜ੍ਹਦੀ ਕਲਾ ਐਨ ਚੜ੍ਹਦੀ ਕਲਾ ਜੀ ਚਲੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਡਾਕਟਰ ਸਾਹਿਬ ਜਿਵੇਂ ਆਪਾਂ ਗੁਰਦਿਆਂ ਦੀ ਗੱਲ ਕੀਤੀ ਗੁਰਦੇ ਇੱਕ ਐਸੀ ਚੀਜ਼ ਨਹੀਂ ਵੀ ਬਹੁਤ ਮੇਨ ਪਾਰਟ ਹੈ ਆਪਣਾ ਐਪਕੈਸਨ ਨਵੀ ਜਿੰਨਾ ਵੀ ਡਾਈਲੂਟਡ ਚੀਜ਼ ਹੁੰਦੀ ਆ ਸਾਰੀ ਉੱਥੇ ਜਾਂਦੀ ਆ ਬਿਲਕੁਲ ਜੀ ਗੁਰਦੇ ਅੱਜਕੱਲ ਪ੍ਰੋਬਲਮ ਦੇ ਵਿੱਚ ਬਹੁਤ ਨੇ ਸੰਕੇਤ ਕਹਿੰਦੇ ਮਾੜੇ ਚੱਲ ਰਹੇ ਨੇ ਦੂਸਰੇ ਤੀਸਰੇ ਘਰ ਦੇ ਕਿਸੇ ਮੈਂਬਰ ਨੂੰ ਪੁੱਛ ਕੇ ਦੇਖੀਏ ਤਾਂ ਕਹਿ ਦਿੰਦਾ ਵੀ ਗੁਰਦੇ ਦੀ ਪ੍ਰੋਬਲਮ ਆ ਗਈ ਆ ਗੁਰਦਿਆਂ ਦੇ ਵਿੱਚ ਪ੍ਰੋਬਲਮ ਜਿਹੜੀ ਵੱਧ ਚੁੱਕੀ ਆ ਕਈਆਂ ਦੇ ਗੁਰਦੇ ਫੇਲ ਹੋ ਗਏ ਕਈ ਕਹਿੰਦੇ ਗੁਰਦੇ ਚੇਂਜ ਕਰਾਉਣੇ ਨੇ ਅਸਲ ਕਾਰਨ ਕੀ ਮੰਨਦੇ ਹੋ ਵੀ ਗੁਰਦੇ ਅੱਜਕੱਲ ਖਰਾਬ ਕਿਉਂ ਹੋ ਰਹੇ ਨੇ ਦੇਖੋ ਜੀ ਅੱਗੇ ਲੋਕ ਨਾ ਜ਼ੋਰ ਲਾ ਕੇ ਕੰਮ ਕਰਦੇ ਸੀ ਜਿੰਨਾ ਜ਼ੋਰ ਲਾ ਕੇ ਕੰਮ ਕਰਦੇ ਸੀ ਉੰਨੀ ਪਿਆਸ ਜ਼ਿਆਦਾ ਪਿਆਸ ਜ਼ਿਆਦਾ ਲੱਗਦੀ ਸੀ ਪਾਣੀ ਜ਼ਿਆਦਾ ਪੀਂਦੇ ਸੀ ਜੀ ਪਾਣੀ ਜ਼ਿਆਦਾ ਪੀਂਦੇ ਸੀ ਤੁਹਾਡੇ ਗੁਰਦਿਆਂ ਦੀ ਸਫਾਈ ਜ਼ਿਆਦਾ ਹੁੰਦੀ ਸੀ ਅੱਜ ਤੋਂ 20 ਸਾਲ ਪਿੱਛੇ ਵੀ ਚਲੇ ਜਾਈਏ ਆਪਾਂ ਉਸ ਟਾਈਮ ਵੀ ਕਿਸੇ ਦੇ ਪਥਰ ਦੀ ਪਥਰੀ ਨਹੀਂ ਸੀ ਹੁੰਦੀ ਅੱਜ ਹਰ ਇਨਸਾਨ ਦੇ ਪਥਰੀ ਆ ਹਰ ਇਨਸਾਨ ਏਸੀ ਦੇ ਵਿੱਚ ਬਹਿੰਦਾ ਏਸੀ ਦੇ ਵਿੱਚ ਬੈਠ ਕੇ ਪਸੀਨਾ ਤਾਂ ਆਉਣਾ ਨਹੀਂ ਪਿਆਸ ਕਿੱਥੋਂ ਲੱਗੂਗੀ ਜੀ ਠੀਕ ਹੈ ਜੀ ਉਹਦੇ ਕਰਕੇ ਤੁਹਾਡੇ ਜਿਹੜੇ ਗੁਰਦੇ ਆ ਉਹਨਾਂ ਦੇ ਵਿੱਚ ਫਿਲਟਰੇਸ਼ਨ ਸਹੀ ਢੰਗ ਨਾਲ ਨਹੀਂ ਹੁੰਦੀ ਠੀਕ ਹੈ ਜੀ ਉਹ ਅੰਦਰ ਗੰਦ ਜਮਾ ਹੁੰਦਾ ਹੈ ਗੰਧ ਜਮਾ ਹੋਣ ਕਰਕੇ ਪਥਰੀਆਂ ਤੁਹਾਡੇ ਬਹੁਤ ਬਣ ਰਹੀਆਂ ਜੀ ਅੱਜ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਵਧ ਗਈਆਂ ਬਿਲਕੁਲ ਜੀ ਅੱਛਾ ਇਹ ਜਿਹੜੀ ਪਥਰੀ ਹੁੰਦੀ ਅਸਲ ਦੇ ਵਿੱਚ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜਿਵੇਂ ਆਪਾਂ ਸਭ ਤੋਂ ਬਿਗਨਿੰਗ ਕਹਦੇ ਇਨੀਸ਼ੀਅਲ ਪੁਆਇੰਟ ਜਿਹੜਾ ਆਪਾਂ ਕਹਿੰਦੇ ਨੇ ਵੀ ਜ਼ੀਰੋ ਤੋਂ ਸਟਾਰਟ ਹੁੰਦਾ ਆ ਪਥਰੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿਵੇਂ ਬਣਨੀ ਸ਼ੁਰੂ ਕਿਵੇਂ ਹੁੰਦੀ ਹੈ ਦੇਖੋ ਜੀ ਪਥਰੀ ਦੀ ਸ਼ੁਰੂਆਤ ਹੈ ਮੈਂ ਨਾ ਆਪਣੇ ਮਰੀਜ਼ਾਂ ਨੂੰ ਜਾਂ ਦਰਸ਼ਕਾਂ ਨੂੰ ਸਿਰਫ ਮੇਰੀ ਆਦਤ ਹੁੰਦੀ ਆ ਵੀ ਮੈਂ ਬਹੁਤ ਦੇਸੀ ਢੰਗ ਨਾਲ ਵਧੀਆ ਢੰਗ ਨਾਲ ਸਮਝਾਵਾਂ ਉਹਨਾਂ ਨੂੰ ਠੀਕ ਹੈ ਜੀ ਜਾਂ ਮੈਂ ਅੰਗਰੇਜ਼ੀ ਚ ਸਮਝਾਵਾਂ ਜਾਂ ਇਦਾਂ ਕਰਾਂ ਅੱਗੇ ਸੁਣਨ ਵਾਲੇ ਨੂੰ ਸਮਝ ਨਾ ਆਵੇ ਉਹ ਚੀਜ਼ ਦਾ ਫਾਇਦਾ ਨਹੀਂ ਹਮ ਦੇਖੋ ਇੱਕ ਤੋਂ ਸੀ ਛਾਣ ਨਹੀਂ ਲੈ ਲੋ ਹਮ ਠੀਕ ਹੈ ਜੀ ਹਮ ਉਹਦੇ ਵਿੱਚ ਤੁਸੀਂ ਕੁਝ ਛਾਣਦੇ ਹੋ ਜਾਂ ਕੁਝ ਕਰਦੇ ਹੋ ਹਮ ਠੀਕ ਹੈ ਜੀ ਸਹੀ ਢੰਗ ਨਾਲ ਤੁਸੀਂ ਪਾਣੀ ਨਹੀਂ ਪਾਉਂਦੇ ਜਾਂ ਕੋਈ ਤੁਸੀਂ ਕੁਝ ਵੀ ਆ ਕਾੜਾ ਬਣਾਉਂਦੇ ਹੋ ਜਾਂ ਛਾਣਦੇ ਹੋ ਹਮ ਠੀਕ ਹੈ ਜੀ ਉਹ ਇੰਨਾ ਕੁ ਮੋਟਾ ਹੋ ਜਾਂਦਾ ਕੁਝ ਹੋ ਜਾਂਦਾ ਜਿਵੇਂ ਅੱਜ ਕੱਲ ਮੈਦੇ ਵਾਲੀਆਂ ਚੀਜ਼ਾਂ ਖਾਂਦੇ ਆਪਾਂ ਠੀਕ ਹੈ ਜੀ ਜਾਂ ਆਪਾਂ ਹਾਈ ਕੈਲਰੀ ਫੂਡ ਲੰਨੇ ਹੋ ਮਿੱਠਾ ਖੈ ਲੋ ਠੀਕ ਹੈ ਜੀ ਜਦ ਆਪਾਂ ਪਾਣੀ ਘੱਟ ਪੀਵਾਂਗੇ ਠੀਕ ਹੈ ਜੀ ਉਹਨੇ ਅੰਦਰ ਜੰਮਣਾ ਤੈਹ ਬਣਾਉਣੀ ਸ਼ੁਰੂ ਕਰ ਦੇਣੀ ਆ ਜਿੰਨੀ ਤੈਹ ਬਣੂਗੀ ਜੀ ਪਾਣੀ ਘੱਟ ਪੀਓਗੇ ਠੀਕ ਹੈ ਜੀ ਉਹਨੇ ਅੰਦਰ ਜੰਮਣਾ ਛੜੂ ਹੋ ਜਾਣਾ ਐਜ਼ੇ ਜਿਵੇਂ ਆਮ ਪਿੰਡਾਂ 'ਚ ਆਪਾਂ ਜਿੱਥੇ ਪਾਣੀ ਖੜ ਜਾਂਦਾ ਉੱਥੇ ਦੇਖ ਲੰਨੇ ਆ ਵੀ ਹਰਿਆਲੀ ਜੰਮਦੀ ਆ ਜਾਂ نیچے ਪਾਣੀ ਦੇ ਗਾਧ ਜੰਮਣੀ ਸ਼ੁਰੂ ਹੋ ਜਾਂਦੀ ਆ ਉਹੀ ਕੰਮ ਆਪਣੇ ਸੇਮ ਗੁਰਦਿਆਂ ਦੇ ਵਿੱਚ ਹੁੰਦਾ ਜਿੰਨਾ ਆਪਣਾ ਉਹ ਕਹਿੰਦੇ ਆ ਨਾ ਜੀ ਵੀ ਪਾਣੀ ਚੱਲਦਾ ਹੀ ਸਾਫ਼ ਰਹਿੰਦਾ ਜੇ ਇਹ ਖੜ ਜਾਵੇ ਤਾਂ ਸਮੈਲ ਆਉਣ ਲੱਗ ਜਾਂਦੀ ਹੈ ਉਹੀ ਕੰਮ ਉੱਥੇ ਆ ਆਮ ਭਾਸ਼ਾ ਦੇ ਵਿੱਚ ਆਪਾਂ ਦਰਸ਼ਕਾਂ ਨੂੰ ਇਹ ਸਮਝਾਉਂਦੇ ਆ ਇਸ ਤਰੀਕੇ ਨਾਲ ਅੱਛਾ ਜਿਵੇਂ ਅੱਜ ਕੱਲ ਕਾਫੀ ਜਿਵੇਂ ਮੇਰੇ ਵਰਗੇ ਨੌਜਵਾਨ ਨੇ ਜੋ ਰਜਮਾਇਸ਼ ਬਹੁਤ ਕਰਦੇ ਨੇ ਬਾਡੀ ਬਿਲਡਿੰਗ ਦਾ ਸ਼ੌਂਕ ਰੱਖਦੇ ਨੇ ਸਿਹਤ ਚੰਗੇ ਕੱਪੜੇ ਪਾਉਣੇ ਚੰਗੀ ਸਿਹਤ ਬਣਾਉਣੀ ਬੜਾ ਸ਼ੌਂਕ ਰੱਖਦੇ ਨੇ ਜਿੰਮਾਂ ਦੇ ਵਿੱਚ ਜਾਂਦੇ ਨੇ ਹਾਲਾਂਕਿ ਚੰਗੀ ਸਿਹਤ ਹੋਣ ਦੇ ਬਾਵਜੂਦ ਐਸੀਆਂ ਕਾਫੀ ਜੜੀਆਂ ਨੇ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਕਿ ਚੰਗੇ ਭਲੇ ਸਿਹਤ ਦੇ ਮੁੰਡੇ ਦੇ ਗੁਰਦੇ ਫੇਲ ਹੋ ਗਏ ਜੀ ਫਿਰ ਉੱਥੇ ਕਿ ਕਾਰਨ ਕੀ ਆ ਕਿਉਂਕਿ ਜਿੰਮ ਦੇ ਵਿੱਚ ਤਾਂ ਡੀਹਾਈਡਰੇਟਡ ਹੋਣ ਤੋਂ ਬੰਦੇ ਨੂੰ ਸਿਖਾਇਆ ਜਾਂਦਾ ਯਾਨੀ ਕਿ ਹਾਈਡਰੇਟਡ ਰਹੋ ਡੀਹਾਈਡਰੇਸ਼ਨ ਤੋਂ ਬਚੋ ਫਿਰ ਉੱਥੇ ਪ੍ਰੋਬਲਮ ਕਿੱਥੇ ਆਉਂਦੀ ਹੈ ਦੇਖੋ ਜਦੋਂ ਤੁਸੀਂ ਓਵਰ ਖਾਣਾ ਖਾਓਗੇ ਜੀ ਓਵਰ ਪ੍ਰੋ ਅੱਜ ਕੱਲ ਮੁੰਡਿਆਂ ਦਾ ਰੁਝਾਨ ਕੀ ਹੈ ਜੀ ਜਿੰਮ ਦੇ ਲਈ ਪ੍ਰੋਟੀਨ ਦੇ ਡੱਬੇ ਖਾਣੇ ਆ ਜਾਂ ਕਾਰਬ ਦੇ ਡੱਬੇ ਖਾਣੇ ਆ ਹੂੰ ਠੀਕ ਹੈ ਜੀ ਉਹ ਪ੍ਰੋਟੀਨ ਤੁਸੀਂ ਲੋੜੋਂ ਵੱਧ ਲੈਨੇ ਆ ਜਿੰਨਾ ਤੁਹਾਡਾ ਬਾਡੀ ਡਾਈਜੈਸਟ ਨਹੀਂ ਕਰਦੀ ਲੋੜ ਤੋਂ ਵੱਧ ਲੈ ਰਹੇ ਹੋ ਜੇ ਮੰਨ ਲਓ ਇੱਕ ਇਨਸਾਨ ਦਾ ਭਾਰਨ 60 ਕਿਲੋ ਹੈ ਤਾਂ ਉਹਨੂੰ 50 ਤੋਂ 55 ਗ੍ਰਾਮ ਡੇਲੀ ਦਾ ਪ੍ਰੋਟੀਨ ਬਹੁਤ ਹੈ ਆਪਾਂ ਲੈਨੇ ਆ ਓਵਰ ਲਿਮਟ ਬਾਡੀ ਜਲਦੀ ਬਣੇ ਕੀ ਰਹੀ ਬੰਦ ਠੀਕ ਹੈ ਜੀ ਪਰ ਇਹ ਗੁਰਦੇ ਆ ਇੱਕ ਛੋਟੇ ਛੋਟੇ ਕਿੰਨੇ ਆ ਠੀਕ ਹੈ ਜੀ ਇੱਕ ਮਸ਼ੀਨਰੀ ਦਾ ਹੈ ਨਹੀਂ ਵੀ ਅਸੀਂ ਥੋੜਾ ਜਿਹਾ ਪ੍ਰੈਸ਼ਰ ਹੋਰ ਦੇ ਦਈਏ ਉਹਨੂੰ ਜਾਂ بڑا ਇੰਜਨ ਲਾ ਦਈਏ ਵੀ ਹੋਰ ਕਰਾਸ ਕਰ ਜਾਊਗਾ ਠੀਕ ਹੈ ਉਹਨੇ ਤਾਂ ਉਹਨਾਂ ਕੇ ਹজম ਕਰਨਾ ਜਿੰਨਾ ਕੋ ਉਹਨੂੰ ਹজম ਕਰਨਾ ਚਾਹੀਦਾ ਠੀਕ ਹੈ ਜੀ ਜਦੋਂ ਓਵਰ ਉਹਦੇ ਉੱਪਰ ਲੋਡ ਪੈਂਦਾ ਠੀਕ ਹੈ ਜੀ ਉਹ ਕਿਡਨੀ ਡਾਇਮੈਂਸ ਹੋ ਜਾਂਦੀ ਆ ਹੂੰ ਇਹ ਕਰਨਾ ਹੈ ਅੱਛਾ ਜਦੋਂ ਮੈਂ ਅੱਜਕੱਲ ਇੱਕ ਹੋਰ ਚੀਜ਼ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਕਿਉਂਕਿ ਇੱਕ ਬਿਮਾਰੀ ਐਸੀ ਨੇ ਬਿਮਾਰੀਆਂ ਤਾਂ ਬਹੁਤ ਨੇ ਪਰ ਆਪਾਂ ਚਲੋ ਟੌਪਿਕ ਹੈ ਚੁਣਿਆ ਵੀ ਇਸ ਬਿਮਾਰੀ ਦੇ ਵਿੱਚ ਵੀ ਵੇਖਿਆ ਜਾਵੇ ਇਹਨਾਂ ਤਾਂ ਖਬਰਾਂ ਕਾਫੀ ਐਸੀ ਆ ਰਹੀਆਂ ਨੇ ਵੀ ਕਹਿ ਦਿੰਦੇ ਨੇ ਵੀ ਡਾਕਟਰ ਹਾਲੇਕੀ ਜਿਹੜੀ ਕਿਡਨੀ ਹੁੰਦੀ ਹੈ ਆਪਣੀ ਉਹ ਚੰਗੀ ਭਲੀ ਹੁੰਦੀ ਹੈ ਪਰ ਉਸ ਦੇ ਬਾਵਜੂਦ ਉਹ ਕਹਿ ਦਿੰਦੇ ਨੇ ਵੀ ਭਾਈ ਤੁਸੀਂ ਚੇਂਜ ਕਰਾ ਲਓ ਡਾਕਟਰ ਕੋਲ ਜਾਂਦੇ ਨੇ ਡਾਕਟਰ ਕਹਿੰਦਾ ਵੀ ਨਹੀਂ ਇਹ ਹੁਣ ਚੇਂਜ ਕਰਾਉਣੀ ਪਊਗੀ ਵੀ ਉਹ ਫਿਰ ਗਲਤ ਰਾਹ ਕਿਉਂ ਪਾਉਂਦੇ ਨੇ ਯਾਨੀ ਕਿ ਜੇ ਕੀ ਕਿੰਨੇ ਕ ਚਾਂਸਸ ਹੁੰਦੇ ਨੇ ਵੀ ਜਿਹੜੀ ਕਿ ਕਰਾਇਆ ਜਾ ਸਕਦਾ ਆ ਦੇਖੋ ਜੀ ਇੱਕ ਗੱਲ ਹੈ ਆਪਾਂ ਅੱਗੇ ਵੀ ਕੁਦਰਤ ਦੀਆਂ ਗੱਲਾਂ ਕਰਦੇ ਹੁੰਨੇ ਆ ਠੀਕ ਹੈ ਜੀ ਕੋਈ ਵੀ ਡਾਕਟਰ ਆ ਕੋਈ ਵੈਦ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਇੱਕੋ ਗੱਲ ਕਹਾਂਗੇ ਕੀ ਡਾਕਟਰ ਜਾਂ ਵੈਦ ਕੋਈ ਕਿਸੇ ਇਨਸਾਨ ਨੂੰ ਬਚਾ ਸਕਦਾ ਉਹਨੂੰ ਜ਼ਿੰਦਗੀ ਦੇ ਸਕਦਾ ਠੀਕ ਹੈ ਜੀ ਸਿਰਫ ਸਾਰਾ ਲਾ ਸਕਦਾ ਜਾਂ ਕੋਈ ਡਾਕਟਰ ਤੁਸੀਂ ਡਾਕਟਰ ਕੋਲ ਕਈ ਵਾਰ ਸੁਣਿਆ ਹੈ ਹਾਰਟ ਦਾ ਮਰੀਜ਼ ਜਾਂ ਗੁਰਦੇ ਫੇਲ ਦਾ ਮਰੀਜ਼ ਚਲੇ ਜਾਂਦਾ ਡਾਕਟਰ ਉਹਨੂੰ ਕਹਿੰਦਾ ਵੀ ਜੇ ਤੂੰ 5 ਮਿੰਟ 10 ਮਿੰਟ ਨਾ ਆਉਂਦਾ ਤੇਰੀ ਡੱਥ ਹੋ ਜਣੀ ਸੀ ਹਾਂ ਇਹ ਗੱਲ ਆਉਂਦੀ ਹੈ ਕਿ ਉਸ ਡਾਕਟਰ ਨੇ ਉਹਦੀ ਕਰਮ ਲਿਖਿਆ ਜਾਂ ਲੇਖ ਲਿਖਿਆ ਉਹਦੀ ਜ਼ਿੰਦਗੀ ਬਾਰੇ ਜਾਣ ਸਕਦਾ ਹੈ ਵੀ ਕੱਲ ਨੂੰ ਕੀ ਹੋਣਾ ਇਸ ਇਨਸਾਨ ਨਾਲ ਠੀਕ ਹੈ ਜੀ ਜਿਹੜੀ ਗੱਲ ਆ ਗਈ ਟ੍ਰਾਂਸਪਲੈਂਟ ਦੀ ਹਮ ਇੱਕ ਪੁਰਜਾ ਕੱਢ ਕੇ ਕਿਸੇ ਦੂਜੇ ਇਨਸਾਨ ਦਾ ਪੁਰਜਾ ਪਾਤਾ ਠੀਕ ਹੈ ਜੀ ਉਸ ਜਗ੍ਹਾ ਤੇ ਉਹਨੂੰ ਕਿੰਨਾ ਕਿੰਨਾ ਕੁ ਧੇਰ ਤੁਸੀਂ ਚਲਾ ਲਓਗੇ ਕਿੰਨੀ ਕੁ ਧੇਰ ਉਹਨੂੰ ਫਿੱਟ ਕਰਕੇ ਰੱਖੋਗੇ ਕਿੰਨੀ ਕੁ ਧੇਰ ਉਹਨੂੰ ਸਹਾਰਾ ਦੋਗੇ ਜਿਹੜਾ ਉਹਦਾ ਆਪਣੇ ਪੁਰਜਾ ਨਹੀਂ ਕੰਮ ਕਰ ਸਕਿਆ ਉਹ ਦੂਜੇ ਦੇ ਪੁਰਜੇ ਨਾਲ ਕਿੰਨੀ ਕੁ ਧੀਰ ਕੱਢੂਗਾ ਠੀਕ ਹੈ ਹੂੰ ਇਹ ਤਾਂ ਸਿਰਫ ਇੱਕ ਦੁਨਿਆਵੀ ਤੌਰ ਤੇ ਤਸੱਲੀਆਂ ਨੇ ਹੂੰ ਆਪਾਂ ਇਹ ਨਹੀਂ ਕਹਿੰਦੇ ਵੀ ਮਾੜਾ ਹੈ ਕੋਈ ਵੀ ਸਾਇੰਸ ਮਾੜੀ ਨਹੀਂ ਸਹੀ ਆ ਜੋ ਕਿਸ ਹੈ ਹੂੰ ਠੀਕ ਹੈ ਪਰ ਜਿੰਨਾ ਦੇਖਣ ਚ ਆ ਰਿਹਾ ਹੈ ਹੂੰ ਇਹ ਚੀਜ਼ਾਂ ਬਹੁਤ ਘੱਟ ਕਟ ਕਾਮਯਾਬ ਹੁੰਦੀਆਂ ਨੇ ਕਿੰਨੇ ਕ ਪਰਸੈਂਟ ਵੈਸੇ ਜਿਹਾ ਕਿ ਇਹ ਆਪਰੇਸ਼ਨ ਅੱਜਕੱਲ ਟ੍ਰਾਂਸਪਲੈਂਟ ਦੇ ਬਹੁਤ ਹੋ ਰਹੇ ਨੇ ਬੜੀਆਂ ਮਹਿੰਗੀਆਂ ਮਹਿੰਗੀਆਂ ਲੱਖਾਂ ਦੇ ਵਿੱਚ ਮੈਂ ਸੁਣਿਆ ਕਿ 40-50 ਲੱਖ ਦੀ ਵੀ ਜਿਹੜੀ ਹੈ ਕਿਡਨੀ ਵੇਚ ਜਾਂਦੀ ਹੈ ਵੀ ਇੰਨੀ ਵਿਕਦੀ ਹੈ ਇੰਨੇ ਅਮਾਉਂਟ ਦੇ ਵਿੱਚ ਵੀ ਇੰਨਾ ਪੈਸਾ ਲਾਣ ਤੋਂ ਬਾਅਦ ਬੰਦੇ ਦਾ ਕਿੰਨੇ ਪਰਸੈਂਟ ਚਾਂਸ ਹੁੰਦੇ ਨੇ ਵੀ ਸਰਵਾਈਵ ਕਰ ਜਾਊਗਾ ਦੇਖੋ ਜੀ ਦੋ ਗੱਲਾਂ ਹੋਣੀਆਂ ਆਪਾਂ ਨੂੰ ਤਾਂ ਠੀਕ ਹੈ ਇੱਕ ਤਾਂ ਪਹਿਲੀ ਤਾਂ ਗੱਲ ਹੈ ਦਿਮਾਗ ਦੇ ਉੱਤੇ ਇੰਨੀ ਕਿ ਟੈਨਸ਼ਨ ਵੱਧ ਜਾਂਦੀ ਹੈ ਬੰਦਾ ਬਿਮਾਰੀ ਨੂੰ ਲੈ ਕੇ ਇੰਨਾ ਸੀਰੀਅਸ ਹੋ ਜਾਂਦਾ ਹੂੰ ਦੂਜੇ ਨ ਵੀ ਜਦੋਂ ਬੰਦਾ 30 35 ਲੱਖ ਲਾ ਕੇ ਟਰਾਂਸਪਲੈਂਟ ਕਰਾ ਲੈਂਦਾ ਕਿਸੇ ਤੋਂ ਖਰੀਦ ਲੈਂਦਾ ਕੁਝ ਕਰਦਾ ਜਿੱਦਾਂ ਮਰਜੀ ਆ ਹੂੰ ਉਹਦੇ ਉੱਤੇ ਦਿਮਾਗ ਦੇ ਉੱਤੇ ਬਾਅਦ ਵਿੱਚ ਇੰਨਾ ਬੋਝ ਪੈ ਜਾਂਦਾ ਵੀ ਮੈਂ ਇੰਨਾ ਪੈਸਾ ਲਾਇਆ ਉਹ ਬੰਦਾ ਵੈਸੇ ਹੀ ਮਰ ਜਾਂਦਾ ਠੀਕ ਹੈ ਜੀ ਕਿਉਂਕਿ ਜਿਹੜੀ ਟੈਨਸ਼ਨ ਆ ਇਹ ਗੁਰਦਿਆਂ ਨੂੰ ਵੱਧ ਖਾਂਦੀ ਹੈ ਤੁਹਾਡੀ ਖਾਹਰ ਨਾਲੋਂ ਜ਼ਿਆਦਾ ਟੈਨਸ਼ਨ ਗੁਰਦਿਆਂ ਨੂੰ ਖਾਂਦੀ ਹੈ ਸਭ ਤੋਂ ਪਹਿਲਾਂ ਹੂੰ ਇਹ ਮੇਨ ਕਾਰਨ ਹੈ ਅਚਾ ਜੇ ਮੰਨ ਲਓ ਕਈ ਹੁਣ ਕਈ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਹੋਣਗੇ ਕਿ ਜੇ ਟਰਾਂਸਪਲੈਂਟ ਨਹੀਂ ਵੀ ਕਰਾਉਂਦੇ ਕਿਉਂਕਿ ਦੋ ਕਿਡਨੀਆਂ ਨੇ ਦਿੱਤੀਆਂ ਰੱਬ ਨੇ ਕਹਿੰਦੇ ਵੀ ਹਿਊਮਨ ਬੋਡੀ ਜਿਹੜੀ ਆ ਇੱਕ ਤੇ ਵੀ ਸਰਵਾਈਵ ਕਰ ਜਾਂਦੀ ਹੈ ਤੇ ਫਿਰ ਜਿਹੜੀ ਇੱਕ ਤੇ ਸਰਵਾਈਵ ਕਰਦੀ ਆ ਉਹਦੇ ਕਿੰਨੇ ਪਰਸੈਂਟ ਚਾਂਸ ਹੁੰਦੇ ਨੇ ਵੀ ਕਿੰਨਾ ਕੁ ਚਰਚਾ ਲ ਜਾਂਦੀ ਆ ਕਿਉਂਕਿ ਮੈਂ ਕਾਫੀ ਕੇਸ ਐਸੇ ਦੇਖੇ ਨੇ ਜਿਹੜੇ ਜਿਨ੍ਹਾਂ ਨੇ ਇੱਕ ਕਿਡਨੀ ਜਿਹੜੀ ਸੀ ਆਪਣੇ ਪਾਰਟਨਰ ਨੂੰ ਜਾਂ ਕਿਸੇ ਨੂੰ ਡੋਨੇਟ ਕਰਤੀ ਸੀ ਉਹਨਾਂ ਨੂੰ ਪ੍ਰੋਬਲਮ ਆ ਗਈ ਸੀ ਪਰ ਕਾਫੀ ਮਲਕਾ ਦੋ ਜਾਂ ਤਿੰਨ ਮਹੀਨੇ ਬਾਅਦ ਉਹਨਾਂ ਉਸ ਪਾਰਟਨਰ ਦੀ ਵੀ ਡੈਥ ਹੋ ਜਾਂਦੀ ਹੈ ਐਸੇ ਕਾਫੀ ਕੇਸੇ ਆਏ ਨੇ ਉਹ ਕਿਉਂ ਹੁੰਦੀ ਦੇਖੋ ਜੀ ਇੱਕ ਗੱਡੀ 6 ਚੱਕੀ ਆ ਠੀਕ ਹੈ ਜੀ ਮੋਰੇ ਦੋ ਆ ਪਿੱਛੇ ਚਾਰ ਚਾਰ ਲੱ ਠੀਕ ਹੈ ਜੀ ਤੁਸੀਂ ਇਹ ਦੇਖੋ ਵੀ ਇੱਕ ਟਾਇਰ ਪੈਂਚਰ ਹੋ ਜਾਂਦਾ ਉਹ ਗੱਡੀ 'ਚ ਮਾਲ ਲੱਦਿਆ ਹੋਇਆ ਉਹ ਇੱਕ ਟਾਇਰ ਤੇ ਕਿੰਨੀ ਕੁ ਧੇਰ ਕਿੰਨਾ ਲੰਬਾ ਸਫ਼ਰ ਕੱਢ ਲੂ ਨਹੀਂ ਕੱਢਦੀ ਨਾ ਕਿਉਂਕਿ ਉਹਦੇ ਤੇ ਬੋਝ ਪੈਂਦਾ ਠੀਕ ਹੈ ਜੀ ਐਦਾਂ ਹੀ ਕੁਦਰਤ ਨੇ ਜਿਹੜੀਆਂ ਦੋ ਚੀਜ਼ਾਂ ਲਾਈਆਂ ਹੋਈਆਂ ਇੱਕ ਖਰਾਬ ਹੋਗੀ ਖਾਣਾ ਪੀਣਾ ਤਾਂ ਅਸੀਂ ਹੈਗਾ ਹੀ ਆ ਠੀਕ ਹੈ ਜੀ ਪਾਣੀ ਵੀ ਪੀਣਾ ਸਾਰਾ ਕੁਝ ਪੀਣਾ ਉਹ ਇੱਕ ਤੇ ਜਦੋਂ ਜ਼ਿਆਦਾ ਬੋਝ ਪਾਊਗਾ ਉਹ ਕਿੰਨੀ ਕੁ ਧੇਰ ਕੱਢੂਗੀ ਫਿਰ ਇਹਦਾ ਡਾਕਟਰ ਸਾਹਿਬ ਸਮਾਧਾਨ ਕੀ ਹੈ ਜਿਵੇਂ ਘਰ ਦੇ ਵਿੱਚ ਹੁਣ ਕਈ ਲੋਕ ਨਾ ਅੱਜਕੱਲ ਕਿਉਂਕਿ ਡਾਕਟਰ ਤੇ ਕਈ ਤੁਹਾਡੀ ਲਾਈਨ ਦੇ ਵਿੱਚ ਵੈਦ ਵੀ ਕਈ ਜਿਹੜੇ ਐਸੇ ਆ ਚੁੱਕੇ ਨੇ ਕਿਉਂਕਿ ਤੁਸੀਂ ਵੀ ਇਹ ਚੀਜ਼ ਮੰਨਦੇ ਹੋ ਕਾਫੀ ਵੈਦ ਵੀ ਐਸੇ ਆ ਚੁੱਕੇ ਨੇ ਵੀ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਹਿ ਕੇ ਕੁਝ ਦੇਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਬੰਦਾ ਦੁਆਰਾ ਫੇਰ ਸਾਡੇ ਕੋਲ ਜੁੜ ਜਵੇ ਵੀ ਇਹਨੂੰ ਆਪਾਂ ਫੇਰ ਯਾਨੀ ਕਿ ਇੱਕ ਇੱਕ ਸਾਉ ਦਾ ਪੱਕਾ ਕਸਟਮਰ ਲੱਗ ਜੇ ਸਾਡੇ ਕੋਲੇ ਵੀ ਟਿਕਟ ਬਣ ਜੇ ਦੀ ਪੱਕੀ ਵੀ ਲੋਕ ਹੁਣ ਅੱਕ ਚੁੱਕੇ ਨੇ ਡਾਕਟਰਾਂ ਤੇ ਵੈਦਾਂ ਤੋਂ ਫਿਰ ਬੰਦਾ ਭਰੋਸਾ ਕਿਤੇ ਕਰੇ ਦੇਖੋ ਅੱਜ ਕੱਲ੍ਹ ਨਾ ਇੱਕ ਰਿਵਾਜ ਚੱਲ ਪਿਆ ਜੀ ਵੀ ਫਲਾਣਾ ਬੰਦਾ ਨਾ ਡਾਕਟਰ ਗੋਡਿਆਂ ਦੇ ਇੰਜੈਕਸ਼ਨ ਲਾਉਂਦਾ ਗੋਡਿਆਂ ਦੀ ਦਵਾਈ ਦਿੰਦਾ ਉਹ ਕੀ ਕਰਦੇ ਨੇ 4-5 ਪੇਨ ਕਿਲਰ ਇਕੱਠੇ ਕਰਕੇ ਵਿੱਚ ਸਟੇਰਾਈਡ ਦੇ ਦੇਣਾ ਜੀ ਉਹਨਾਂ ਨੇ ਉਹ ਇਕੱਠੇ ਕਰਕੇ ਦੇ ਦੇਣਿਆ ਉਹ ਇਨਸਾਨ ਜਿੰਨੀ ਦੇਰ ਖਾਂਦਾ ਉਹਨੂੰ ਰਾਹਤ ਰਹਿੰਦੀ ਹੈ ਪਰ ਇਹ ਨਹੀਂ ਪਤਾ ਵੀ ਉਹ ਸਾਲ 1.5 ਸਾਲ 2 ਸਾਲ ਦੇ ਵਿੱਚ ਉਹਦੇ ਬਾਅਦ ਸੋਜਾਂ ਆਉਣ ਲੱਗ ਜਾਂਦਾ ਪੈਰਾਂ ਤੇ ਇਹ ਸਭ ਤੋਂ ਪਹਿਲੀ ਨਿਸ਼ਾਨੀ ਹੈ ਵੀ ਤੁਹਾਡੇ ਗੁਰਦੇ ਫੇਲ ਹੋਣ ਲੱਗ ਗਏ ਸੋ ਜਾਉਣ ਲੱਗ ਜਾਂਦਾ ਸੋ ਜਾਉਣ ਲੱਗ ਜਾਂਦਾ ਠੀਕ ਹੈ ਜੀ ਉਹਦੀ ਪਹਿਲੀ ਨਿਸ਼ਾਨੀ ਹੈ ਵੀ ਤੁਹਾਡੇ ਗੁਰਦੇ ਫੇਲ ਹੋਣ ਲੱਗ ਗਏ ਠੀਕ ਹੈ ਪਰ ਇਹ ਦੌਰ ਦੁਨੀਆ ਨਹੀਂ ਸਮਝਦੀ ਠੀਕ ਹੈ ਦੁਨੀਆ ਕਹਿੰਦੀ ਹੈ ਵੀ ਮੇਰੇ ਤਾਂ ਉਹ ਵਧੀਆ ਟੀਕਾ ਲੱਗਦਾ ਵੀ ਮੈਂ ਤਾਂ ਉੱਥੇ ਹੀ ਜਾ ਕੇ ਆਰਾਮ ਆਉਣਾ ਪਰ ਇਹ ਨਹੀਂ ਨਾ ਪੱਦਾ ਬੈਟ ਨਹੀਂ ਸੋਲਦੀਆਂ ਡੈਕਸਾ ਦੀਆਂ ਪ੍ਰੈਡਨੀਸਲੋਨ ਦੀਆਂ ਮੈਥਾਈਲ ਪ੍ਰੈਡਨੀਸਲੋਨ ਦੀਆਂ ਇੰਨੇ ਇੰਨੇ ਖਤਰਨਾਕ ਸਟੀਰੋਇਡ ਸਾਡੇ ਅੰਦਰ ਜਾ ਰਹੇ ਆ ਉਹ ਕਦੇ ਵੀ ਦਰਦ ਨਹੀਂ ਰੋਕਦੇ ਜਿਹੜੇ ਪਿੰਕਲਰ ਹੁੰਦੇ ਆ ਸਿਰਫ ਉਹ ਦਿਮਾਗ ਨੂੰ ਸ਼ਾਂਤ ਕਰ ਦਿੰਦੇ ਆ ਠੀਕ ਹੈ ਜੀ ਦਿਮਾਗ ਨੂੰ ਸ਼ਾਂਤ ਕਰ ਦੇਣਾ ਬੰਦਾ ਕੁਝ ਦਿਨ ਰਿਲੀਫ ਰਹਿੰਦੀ ਆ ਠੀਕ ਹੈ 2-4 ਘੰਟੇ ਬਾਅਦ ਇੱਕ ਦਿਨ ਬਾਅਦ ਫੇਰ ਉਹੀ ਕੁਛ ਆ ਠੀਕ ਹੈ ਜੀ ਮੰਨिए ਤਾਂ ਆਸਲ ਦੇ ਵਿੱਚ ਉਹ ਹੁਣ ਮੰਨ ਲਓ ਗੈਸ ਦਾ ਕੈਪਸੂਲ ਖਾਨੇ ਆ ਆਰਾਮ ਤਾਂ ਉਹਨੂੰ ਕਦੇ ਕਿਸੇ ਨਾਲ ਨਹੀਂ ਆਇਆ ਕਦੇ ਕਿਸੇ ਨੂੰ ਆਰਾਮ ਨਹੀਂ ਆਇਆ ਗੈਸ ਦੇ ਕੈਪਸੂਲ ਨਾਲ ਆਪਾਂ ਫਾਇਦਾ ਤਾਂ ਉਸ ਦਾ ਤਾਂ ਮੰਨिए ਵੀ ਜੇ ਉਹ ਪੱਕੇ ਤੌਰ ਤੇ ਰਿਲੀਫ ਦੇ ਦੇਵੇ ਵੀ 5-7 ਦਿਨ ਖਾ ਕੇ ਉਹ ਤਾਂ ਜਿਉਂ-ਜਿਉਂ ਖਾਂਦੇ ਜਾਂਦੇ ਜਾਂਦੇ ਡੋਜ਼ ਵਾਧੀ ਜਾਂਦੀ ਆ ਐਦਾਂ ਹੀ ਪੇਨ ਕਿਲਰਾਂ ਦਾ ਹਿਸਾਬ ਹੈ ਡੈਕਸਾ ਤੋਂ ਡਾਕਟਰ ਸ਼ੁਰੂ ਕਰਦੇ ਆ ਬੈਟਨੀਸੋਲ ਤੇ ਆ ਜੰਨੇ ਆ ਫਿਰ ਬਰੇਡਨੀਸਲੋਨ ਤੇ ਫਿਰ ਮੈਥਾਈਲ ਬਰੇਡਨੀਸਲੋਨ ਤੇ ਜਦੋਂ ਉਹ ਕੰਮ ਕਰਨੀ ਛੱਡ ਜਾਂਦੀ ਹੈ ਫਿਰ ਬੰਦਾ ਅਖੀਰ ਨੂੰ ਹੱਥ ਧੋਬਦਾ ਆਪਣੀ ਜ਼ਿੰਦਗੀ ਤੋਂ ਫਿਰ ਹੁਣ ਜਿਵੇਂ ਸਵਾਲ ਆਇਆ ਕਿ ਹੁਣ ਕਿਉਂਕਿ ਆਪਾਂ ਸਾਰੀ ਚੀਜ਼ ਦੱਸਤੀਆਂ ਵੀ ਇਹ ਚੀਜ਼ ਦੇ ਵਿੱਚ ਇਹ ਇਹ ਨੁਕਸਾਨ ਨੇ ਬੋਡੀ ਦੇ ਵਿੱਚ ਇੰਨਾ ਕ ਅਫੈਕਟ ਕਰਦੀ ਹੈ ਐਲੋਪੈਥੀ ਦੇ ਵਿੱਚ ਜਿਹੜੀਆਂ ਦਫਾਈਆਂ ਨੇ ਖਾਸ ਕਰਕੇ ਸਟੀਰੋਇਡ ਜਿਹੜੇ ਨੇ ਉਹ ਬਿਸ਼ੱਕ ਕੁਝ ਟਾਈਮ ਦੇ ਵਾਸਤੇ ਤੁਹਾਨੂੰ ਤੁਰਦਾ ਫਿਰਦਾ ਜ਼ਰੂਰ ਕਰ ਦੇਣਗੇ ਪਰ ਉਹਦੇ ਸਾਈਡ ਇਫੈਕਟ ਜਿਹੜੇ ਨੇ ਆਪਾਂ ਸੁਣਿਆ ਕਿ ਬਹੁਤ ਜ਼ਿਆਦਾ ਨਹੀਂ ਫਿਰ ਇਸ ਦਾ ਅਸਲ ਰਿਜ਼ਲਟ ਕੀ ਹੈ ਯਾਨੀ ਕਿ ਅਸਲ ਜੇ ਆਪਾਂ ਕਹਦੇ ਇਹਦੀ ਮੈਡੀਸਨ ਕੀ ਲੈ ਸਕਦਾ ਬੰਦਾ ਜਿਹਦੇ ਜੇ ਗੁਰਦੇ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਘਰੇ ਬੈਠੇ ਉਸ ਨੂੰ ਕਿਸ ਤਰੀਕੇ ਦੇ ਨਾਲ ਠੀਕ ਕੀਤਾ ਜਾ ਸਕਦਾ ਤੇ ਤੁਹਾਡੇ ਕੋਲ ਇਸ ਦਾ ਕੀ ਸਮਝ ਜਿਹੜਾ ਸਟੀਰੋਇਡ ਵੀ ਕਿਸੇ ਸਾਇੰਟਿਸਟ ਨੇ ਬਣਾਇਆ ਉਹ ਇਹ ਗੱਲ ਨਹੀਂ ਵੀ ਉਹਨੇ ਮਾੜੀ ਗਲਤ ਚੀਜ਼ ਬਣਾਈ ਹੈ ਹਰੇਕ ਚੀਜ਼ ਦਾ ਫਾਇਦਾ ਹੈ ਪਰ ਉਸ ਚੀਜ਼ ਦੀ ਕੋਈ ਲਿਮਟ ਹੁੰਦੀ ਹੈ ਦੇਣ ਦੀ ਠੀਕ ਹੈ ਜੀ ਅਸੀਂ ਰੋਟੀ ਹੈ ਆ ਬੰਦਾ ਕਹਦਾ ਵੀ ਰੋਟੀ ਦਾ ਕੋਈ ਸਾਈਡ ਇਫੈਕਟ ਨਹੀਂ ਰੋਟੀ ਵੀ ਲਿਮਟ ਤੋਂ ਜ਼ਿਆਦਾ ਖਾਓਗੇ ਤੁਸੀਂ ਉਹਦਾ ਵੀ ਸਾਈਡ ਇਫੈਕਟ ਆ ਪਾਣੀ ਤੁਸੀਂ ਲਿਮਟ ਤੋਂ ਜ਼ਿਆਦਾ ਪੀਓਗੇ ਉਹਦਾ ਵੀ ਸਾਈਡ ਇਫੈਕਟ ਆ ਘੱਟ ਪੀਓਗੇ ਉਹ ਵੀ ਖਰਾਬੀ ਹੈ ਜ਼ਿਆਦਾ ਪੀਓਗੇ ਉਹ ਵੀ ਖਰਾਬੀ ਹੈ ਹੁਣ ਜਿਹੜਾ ਸਮਾਧਾਨ ਦੀ ਗੱਲ ਹੈ ਠੀਕ ਹੈ ਜੀ ਜਿਹੜੇ ਘਰਾਂ ਦੇ ਵਿੱਚ ਜਾਂ ਮਰੀਜ਼ ਬੈਠੇ ਆਂ ਵੈਸੇ ਦਾ ਅਸੀਂ ਦਵਾਈ ਇਹਦੀ ਬਹੁਤ ਵਧੀਆ ਦੰਨੇ ਆ ਜਿਨ੍ਹਾਂ ਦਾ ਕਰੈਟੀਨਿਨ ਵੱਧ ਆ ਠੀਕ ਹੈ ਜੀ ਜਾਂ ਬਲੱਡ ਯੂਰੀਆ ਵੱਧ ਆ ਪੈਰਾਂ ਤੇ ਸੋਜੇ ਸ਼ਾਉਂਦੀ ਆ ਉਹਦੀ ਅਸੀਂ ਦਵਾਈ ਦੰਨੇ ਆ ਠੀਕ ਹੈ ਜੀ ਦੂਜਾ ਨੰਬਰ ਇਹ ਆ ਘਰੇ ਤੁਸੀਂ ਕੀ ਕਰਨਾ 20 ਗ੍ਰਾਮ ਜੋ ਹਰ ਰੋਜ਼ ਰਾਤ ਨੂੰ ਪੀਉਂ ਦੇਣਿਆ ਠੀਕ ਹੈ ਜੀ ਸਵੇਰੇ ਚੰਗੀ ਤਰ੍ਹਾਂ ਉਬਾਲ ਕੇ ਦੋ ਤਿੰਨ ਵਾਲੀਆਂ ਦੇਣੀਆਂ ਉਹਦਾ ਠੰਡਾ ਕਰਕੇ ਪਾਣੀ ਖਾਲੀ ਪੇਟ ਪੀਣਾ ਬੰਦੇ ਦੇ ਕਦੇ ਪਥਰੀ ਨਹੀਂ ਬਣੂਗੀ ਹਫ਼ਤੇ 'ਚ ਦੋ ਵਾਰੀ ਕਰ ਲਵੇ ਇਹ ਗੁਰਦਿਆਂ ਦੀ ਪਥਰੀ ਦੀ ਗੱਲ ਗੁਰਦਿਆਂ ਦੀ ਪਥਰੀ ਦੀ ਇੱਕ ਆਪਣੇ ਆਮ ਪਿੰਡਾਂ ਦੇ ਵਿੱਚ ਜਿਆਦਾ ਪਹਾੜੀ ਏਰੀਆ 'ਚ ਜਾਂ ਟਿੱਬਿਆਂ ਵਾਲੇ ਏਰੀਏ ਦੇ ਵਿੱਚ ਭਖੜਾ ਆਉਂਦਾ ਹੈ ਜਿਹਨੂੰ ਭੌਖੜਾ ਵੀ ਕਹਿੰਦੇ ਆ ਬਹੁਤ ਤਿੱਖੇ ਕੰਡੇ ਹੁੰਦੇ ਨੇ ਉਹਨੂੰ ਅੱਧ ਕੁਟਾ ਕਰਕੇ ਉਹਦਾ ਕਾੜਾ ਬਣਾ ਕੇ ਚੰਗੀ ਤਰ੍ਹਾਂ ਉਬਾਲ ਕੇ ਕਾੜਾ ਬਣਾ ਕੇ ਠੰਡਾ ਕਰਕੇ ਠੀਕ ਹੈ ਜੀ ਹਫ਼ਤੇ 'ਚ 2-3 ਵਾਰੀ ਪੀਓ ਉਹ ਵਗੈਸੇ ਹੀ ਗੁਰਦਿਆਂ ਦੀ ਬਹੁਤ ਵਧੀਆ ਰਿਪੇਅਰ ਕਰ ਦਿੰਦਾ ਠੀਕ ਹੈ ਜੀ ਉਤੋਂ ਬਾਅਦ ਸੌਂਫ ਆ ਜਾਂਦੀ ਹੈ ਹਫਤੇ ਚ ਦੋ ਵਾਰੀ ਸੌਂਫ ਦਾ ਕੜਾ ਬਣਾ ਕੇ ਪੀਓ ਠੀਕ ਹੈ ਜੀ ਉਹ ਗੁਰਦਿਆਂ ਦਾ ਬਹੁਤ ਵਧੀਆ ਰਿਪੇਅਰ ਕਰਦਾ ਹੈ ਐਦਾਂ ਦੀਆਂ ਜੜੀਆਂ ਬੂਟੀਆਂ ਨੇ ਆਯੁਰਵੇਦ ਦੇ ਵਿੱਚ ਜਦੋਂ ਆਪਾਂ ਪਹਿਲਾਂ ਹੀ ਹਾਈ ਚੀਜ਼ ਤੇ ਜਾਣਦੇ ਆ ਠੀਕ ਹੈ ਜੀ ਉਹ ਚੀਜ਼ਾਂ ਬੜੀਆਂ ਖਰਾਬ ਕਰਦੀਆਂ ਫਿਰ ਠੀਕ ਹੈ ਆਪਾਂ ਪਹਿਲਾਂ ਹੀ ਉੱਪਰ ਚਲੇ ਜਾਂਦੇ ਆ ਜਿਹੜੀਆਂ ਨੀਚੇ ਵਾਲੀਆਂ ਗੱਲਾਂ ਭੁੱਲ ਕੇ ਉਹ ਪਹਿਲੇ ਉੱਪਰੀ ਸਟੇਜ ਤੇ ਜਾਣੇ ਆ ਉਹ ਥੱਲੇ ਵਾਲੀਆਂ ਸਟੇਜਾਂ ਫੇਲ ਹੋ ਜੰਦੀਆਂ ਫਿਰ ਉੱਪਰ ਲੀ ਵੀ ਕੰਮ ਕਰਨ ਨੂੰ ਛੱਡ ਜਾਂਦੀ ਆ ਅੱਛਾ ਜਿਹੜੀਆਂ ਤੁਸੀਂ ਡਾਕਟਰ ਸਾਹਿਬ ਹੁਣ ਤੁਸੀਂ ਸਾਰੀਆਂ ਜਿਹੜੀਆਂ ਨੇ ਤੁਸੀਂ ਆਯੁਰਵੈਦਿਕ ਜਿਹੜੀਆਂ ਨੇਚਰਲ ਚੀਜ਼ਾਂ ਦੱਸਿਆ ਨੇ ਹਨਾ ਵੀ ਇਹ ਇਹ ਇਹਨਾਂ ਦਾ ਕੋਈ ਸਾਈਡ ਇਫੈਕਟ ਤਾਂ ਹੁੰਦੇ ਹੋਊਗੇ ਹਿਊਮਨ ਬੋਡੀ ਤੇ ਕਿ ਨਹੀਂ ਬਿਲਕੁਲ ਕੋਈ ਸਾਈਡ ਇਫੈਕਟ ਨਹੀਂ ਹੈਗਾ ਦੇਖੋ ਇਹਨਾਂ ਨੂੰ ਖਾਣ ਦਾ ਢੰਗ ਹੈ ਜੇ ਸਹੀ ਢੰਗ ਨਾਲ ਨਹੀਂ ਖਾਵਾਂਗੇ ਫਿਰ ਸਾਈਡ ਇਫੈਕਟ ਆ ਹੁਣ بڑے ਲੋਕ ਕਹਿ ਦਿੰਨੇ ਆ ਵੀ ਆਯੁਰਵੈਦ ਦੇ ਸਾਈਡ ਇਫੈਕਟ ਨਹੀਂ ਦੇਖੋ ਸਾਈਡ ਸਾਈਡ ਇਫੈਕਟ ਇੱਕ ਆ ਜਦੋਂ ਕਿਸੇ ਵੇਅ ਤੋਂ ਭਸਮ ਕੱਚੀ ਰਹਿ ਗਈ ਜਾਂ ਭਸਮ ਓਵਰਡੋਸ ਚ ਦੰਨੇ ਹੋ ਉਹਨੇ ਕਿਡਨੀ ਤੇ ਇਫੈਕਟ ਕਰਨਾ ਹੈ ਠੀਕ ਹੈ ਜੀ ਕਈ ਬੰਦੇ ਕਹਿੰਦੇ ਆ ਜੀ ਕੋਈ ਇਫੈਕਟ ਨਹੀਂ ਹਰੇਕ ਚੀਜ਼ ਦਾ ਇਫੈਕਟ ਹੈ ਇਹ ਗੱਲ ਨਹੀਂ ਜਦੋਂ ਤੁਸੀਂ ਗਲਤ ਤਰੀਕੇ ਨਾਲੋਂ ਗਲਤ ਬੰਦੇ ਤੋਂ ਜਿਹਨੂੰ ਨੌਲੇਜ ਨਹੀਂ ਜਿਹਦੇ ਕੋਲ ਕੋਈ ਡਿਗਰੀ ਨਹੀਂ ਠੀਕ ਹੈ ਜੀ ਉਹ ਤੋਂ ਤੁਸੀਂ ਮੈਡੀਸਨ ਲਓਗੇ ਚਾਹੇ ਉਹ ਐਲੋਪੈਥੀ ਦਾ ਡਾਕਟਰਾ ਚਾਹੇ ਹੋਮੋਪੈਥੀ ਦਾ ਚਾਹੇ ਉਹ ਆਯੁਰਵੈਦਿਕ ਹੈ ਬਿਨਾ ਨੌਲੇਜ ਵਾਲੇ ਤੋਂ ਲਾਉਂਗੇ ਤਾਂ ਤੁਹਾਡਾ ਸਰੀਰ ਖਰਾਬ ਹੋਣਾ ਹੀ ਹੋਣਾ ਹੈ ਠੀਕ ਹੈ ਜੀ ਪਰ ਪਿੰਡਾਂ ਦੇ ਵਿੱਚ ਕਰਵਾਜ ਡਾਕਟਰ ਸਾਹਿਬ ਉਹ ਕਹਿੰਦੇ ਨੇ ਫਲਾਣੀ ਬੀਬੀ ਦੇ ਅਸੀਂ ਉੱਥੋਂ ਭਾਈ ਉਸ ਵੈਦ ਤੋਂ ਕੋਲੇ ਲੈ ਕੇ ਗਏ ਸੀ ਉਹਨੂੰ ਤਾਂ ਆਰਾਮ ਆ ਗਿਆ ਵੀ ਤੁਸੀਂ ਵੀ ਉੱਥੇ ਲੈ ਕੇ ਜਾਓ ਚਾਹੇ ਉਹ ਡਾਕਟਰ ਜਿਹੜਾ ਆ ਉਹ ਉਹਨੂੰ ਨੌਲੇਜ ਪ੍ਰੋਪਰ ਹੋਵੇ ਵੀ ਨਾ ਪਰ ਫਿਰ ਵੀ ਇੱਕ ਲੜੀ ਜੁੜ ਜਾਂਦੀ ਹੈ ਬੰਦੇ ਦੇ ਲੇਵਲ ਆ ਜਾਂਦੀ ਹੈ ਵੀ ਨਹੀਂ ਮੈਨੂੰ ਇਸ ਡਾਕਟਰ ਤੋਂ ਆਰਾਮ ਆਇਆ ਸੀ ਮੈਂ ਤਾਂ ਇਹਦੇ ਕੋਲੇ ਹੀ ਜਾਊਂਗਾ ਦੇਖੋ ਮੈਂ ਪਿੰਡਾਂ ਵਾਲੇ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦਾ ਹੈਗਾ ਪਰ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਕਦੇ ਵੀ ਕੋਈ ਪਿੰਡਾਂ ਵਾਲੇ ਡਾਕਟਰ ਤੋਂ ਦਰਦ ਦੀਆਂ ਜਾਂ ਕੁਝ ਗੋਲੀਆਂ ਲੈਣ ਜਾਣੇ ਆ ਤਾਂ ਉਹ ਹਰੇਕ ਡਾਕਟਰ ਇੱਕ ਛੋਟੀ ਜੀ ਗੋਲੀ ਵਿੱਚ ਬ ਠੀਕ ਹੈ ਜੀ ਉਹ ਸਟੀਰੋਇਡ ਹੈ ਤੁਸੀਂ ਬਾਕੀ ਗੋਲੀਆਂ ਬੰਦ ਕਰ ਦੋ ਕੱਲੀ ਉਹੀ ਖਲਾਉਣੀ ਸ਼ੁਰੂ ਕਰ ਦੋ ਉਹੀ ਤੁਹਾਡੀ ਬਾਡੀ ਨੂੰ ਠੀਕ ਰੱਖੂਗੀ ਪਰ ਅਖੀਰ ਦੇ ਵਿੱਚ ਉਹਨੇ ਰਿਜ਼ਲਟ ਤੁਹਾਨੂੰ ਇੰਨੇ ਮਾੜੇ ਦੇਣੇ ਆ ਵੀ ਜਿਹਦਾ ਹਿਸਾਬ ਹੀ ਨਹੀਂ ਕੋਈ ਸਟੀਰੋਇਡ ਦਾ ਕੰਮ ਕੀ ਹੁੰਦਾ ਜੀ ਰਿਐਕਸ਼ਨ ਤੇਜ਼ ਕਰਨਾ ਉਹ ਜਿਹੜੇ ਪੇਨ ਕਿਲਰ ਨੇ ਉਹਦੇ ਨਾਲ ਜਦੋਂ ਸਟੀਰੋਇਡ ਲਾਉਨੇ ਆਪਾਂ ਉਹ ਰਿਐਕਸ਼ਨ ਤੇਜ਼ ਕਰ ਦਿੰਦਾ ਆਪਾਂ ਨੂੰ ਇੱਕਦਮ ਤੁਰੰਤ ਆਰਾਮ ਆਉਂਦਾ ਹਮ ਅੱਜ ਕੱਲ ਪਿੰਡਾਂ 'ਚ ਰਵਾਜ ਦੁਰਿਆ ਹੋਇਆ ਹੈ ਵੀ ਉਹ ਪੜਿਆ ਲਿਖਿਆ ਡਾਕਟਰ ਉਹ ਤੋਂ ਆਰਾਮ ਨਹੀਂ ਆਉਂਦਾ ਵੀ ਉਹ ਬੰਦਾ ਉਹ ਬਹੁਤ ਮਹਾਰਾ ਉਹ ਕਰਨ ਇਹ ਆ ਮਹਾਰ ਕੋਈ ਨਹੀਂ ਸਿਰ ਉਹ ਛੋਟੀ ਜੀ ਗੋਲੀ ਦਾ ਕਮਾਲ ਹੈ ਹਾਂ ਛੋਟੀ ਜੀ ਗੋਲੀ ਦਾ ਕਮਾਲ ਹੈ ਇੱਕ ਇੱਕ ਕਹਿ ਦੋ ਨੇ ਵੀ ਬਖਸ਼ਾ ਉਹ ਕਮਾਲ 2-3 ਸਾਲ ਬਾਅਦ ਦਿਖਦਾ ਵੀ ਕੀ ਕਮਾਲ ਕਰਿਆ ਉਹ ਗੋਲੀ ਨੇ ਫਿਰ ਪਿਓ ਦਵਾਈ ਨੇ ਕੀ ਕਮਾਲ ਦਿਖਾਇਆ ਨਾ ਉਹ 2-3 ਸਾਲ ਬਾਅਦ ਰਿਜ਼ਲਟ ਆਉਣੇ ਆ ਫਿਰ ਅਸੀਂ ਉਸ ਡਾਕਟਰ ਨਾਲ ਲੜਦੇ ਆ ਬਾਅਦ ਚ ਜਾ ਕੇ ਹੂੰ ਵੀ ਤੂੰ ਸਾਨੂੰ ਗਲਤ ਕਰ ਗਾਈਡ ਹਾਂਜੀ ਜਦੋਂ ਪਾਲੀ ਪੋਲਾਂ ਦੇ ਥੱਲੋਂ ਲੰਘ ਗਿਆ ਫਿਰ ਤਾਂ ਪਛਤਾਉਣ ਦਾ ਫਾਇਦਾ ਨਹੀਂ ਜੀ ਕੋਈ ਇੱਕ ਚੀਜ਼ ਨਾ ਹੁਣ ਪਿੱਛੇ ਜੇ ਮੈਨੂੰ ਯਾਦ ਆ ਗਈ ਸਾਡੇ ਪਿੰਡ ਦੀ ਇੱਕ ਬਜ਼ੁਰਗ ਬੀਬੀ ਐ ਉਹਨੇ ਭਾਈ ਕਹਿਤਾ ਕਹਿੰਦੇ ਵੀ ਸਾਡੇ ਫਲਾਣੇ ਪਿੰਡ ਦੇ ਵਿੱਚ ਇੱਕ ਵੈਦ ਐ ਉਹ ਅਨਪੜਾ ਪਰ ਉਹਨੂੰ ਬਖਸ਼ ਬਹੁਤ ਵੱਡੀ ਐ ਕਹਿੰਦੇ ਵੀ ਉਹ ਵੱਡੇ ਵੱਡੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਬਸ ਚੁਟਕੀ ਦੇ ਨਾਲ ਠੀਕ ਕਰ ਦਿੰਦਾ ਵੀ ਐਸੀ ਅਸਲ ਦੇ ਵਿੱਚ ਹੁੰਦੀ ਐ ਕਰਾਮਾਤ ਕੋਈ ਰੱਬ ਦੀ ਬਣਾਈ ਦੇਖੋ ਜੀ ਦੋ ਚੀਜ਼ਾਂ ਇੱਕ ਤਾਂ ਜਿਹੜਾ ਇਨਸਾਨ ਕੁਦਰਤ ਨੂੰ ਜਿਆਦਾ ਮੰਨਦਾ ਹੈ ਠੀਕ ਹੈ ਜੀ ਅੰਦਰੋਂ ਚਾਹੁੰਦਾ ਵੀ ਮੈਂ ਲੋਕਾਂ ਦਾ ਭਲਾ ਕਰਨਾ ਹੈ ਹੂੰ ਠੀਕ ਹੈ ਜੀ ਉਹਦੇ ਕੋਲ ਤਾਂ ਵੈਸੇ ਹੀ ਅੱਧਾ ਮਰੀਜ਼ ਠੀਕ ਹੋ ਜਾਂਦਾ ਠੀਕ ਹੈ ਜੀ ਦੂਜਾ ਨੰਬਰ ਬਖਸ਼ ਵਾਲੀ ਤੋਂ ਚਲੋ ਗੱਲ ਇੱਕ ਅਲੱਗ ਹੈ ਹੁੰਦੀ ਵੀ ਆ ਕੋਈ ਨਹੀਂ ਬੜੇ ਮਹਾਪੁਰਸ਼ ਹੋਏ ਨੇ ਇੱਥੇ ਠੀਕ ਹੈ ਜੀ ਦੂਜਾ ਨੰਬਰ ਇਹ ਆ ਜਿਵੇਂ ਆਪਾਂ ਸਟੀਰੋਇਡ ਦੀ ਗੱਲ ਕਰੀ ਆ ਅੱਜਕੱਲ ਬਖਸ਼ ਸਟੀਰੋਇਡਾਂ ਦੀ ਬਹੁਤ ਹੈ ਠੀਕ ਹੈ ਜੀ ਉਹਦੇ ਕਰਕੇ ਮਰੀਜ਼ ਅੱਜ ਕੱਲ ਬੜੇ ਦਿਮਾਗ ਖੱਜਲ ਕਰੇ ਪਏ ਆ ਲੋਕਾਂ ਨੇ ਠੀਕ ਹੈ ਜੀ ਜੇ ਕਿਸੇ ਨੇ ਜੀ ਮੈਂ ਉਹ ਕੁਛ ਕਰਦਾ ਮੈਂ ਫਲਾਣੇ ਬਾਬੇ ਨੂੰ ਮੰਨਦਾ ਜਾਂ ਉਹ ਕੁਛ ਕਰਦਾ ਅੱਜ ਕੱਲ ਬਾਬਿਆਂ ਨੇ ਜਿਆਦਾ ਦਿਮਾਗ ਘਮਾਇਆ ਹੋਇਆ ਹੈ ਦੁਨੀਆ ਬਹੁਤ ਲੱਗੀ ਪਈ ਹੈ ਬਿਲਕੁਲ ਜੀ ਆਖਰੀ ਸਵਾਲ ਹੋਊਗਾ ਮੇਰੇ ਡਾਕਟਰ ਸਾਹਿਬ ਕਿਉਂਕਿ ਇੱਕ ਨਾ ਲੋਕ ਜ ਕਿਸੇ ਵੀ ਡਾਕਟਰ ਕੋਲ ਜਾਂਦੇ ਨੇ ਤਾਂ ਇੱਕ ਚੀਜ਼ ਤਾਂ ਪੱਕੀ ਕਹਿੰਦੇ ਦਿੰਦੇ ਨੇ ਤੁਸੀਂ ਵੀ ਇਹ ਚੀਜ਼ ਸੁਣੀ ਹੋਊਗੀ ਕਿ ਇਸ ਚੀਜ਼ ਦਾ ਜੜ ਤੋਂ ਇਲਾਜ ਕਰ ਦਾਂਗੇ 100% ਪੱਕਾ ਇਲਾਜ ਹੈ ਉਹ 100% ਕਦੇ ਕਿਸੇ ਬਿਮਾਰੀ ਦਾ ਪੱਕਾ ਇਲਾਜ ਹੋ ਸਕਦਾ ਹੈ ਅਜ ਤੱਕ ਬਿਲਕੁਲ ਜੀ ਹੋ ਸਕਦਾ ਕਈ ਇਹ ਵੀ ਕਹਿੰਦੇ ਨੇ ਜੀ ਸਾਡੀ ਇੱਕ ਦਵਾਈ ਆ ਸੋਹ ਬਿਮਾਰੀ ਦਾ ਇਲਾਜ ਕਰਦੀ ਆ ਇੱਕ ਦਵਾਈ ਆ ਇੰਨੀਆਂ ਬਿਮਾਰੀਆਂ ਦਾ ਇਲਾਜ ਕਰਦੀ ਆ ਐਦਾਂ ਦੀ ਕੋਈ ਜੜੀ ਬੂਟੀ ਬਣੀ ਨਹੀਂ ਹੈਗੀ ਠੀਕ ਆ ਜੀ ਜਿਹੜੇ ਕਹਿੰਦੇ ਆ ਸਾਰੇ ਦੋ ਨੰਬਰੀ ਇਹ ਕਹਿੰਦੇ ਆ ਅਸਲੀ ਬੰਦਾ ਪੜਿਆ ਲਿਖਿਆ ਇਮਾਨਦਾਰ ਬੰਦਾ ਕਦੇ ਵੀ ਇਹ ਗੱਲ ਨਹੀਂ ਕਹੂਗਾ ਠੀਕ ਹੈ ਜੀ ਕਿਸੇ ਦੀ ਗਾਰੰਟੀ ਜਿਹੜਾ ਡਾਕਟਰ ਵੈਦ ਕਿਸੇ ਦੀ ਗਾਰੰਟੀ ਨਹੀਂ ਲੈ ਸਕਦਾ ਅਸੀਂ ਖੁਦ ਦੀ ਗਾਰੰਟੀ ਨਹੀਂ ਲੈ ਸਕਦੇ ਵੀ ਅਸੀਂ ਕੱਲ੍ਹ ਨੂੰ ਹੋਣਾ ਇੱਥੇ ਨਹੀਂ ਹੋਣਾ ਠੀਕ ਹੈ ਜੀ ਮਰੀਜ਼ ਅਸੀਂ ਮਰੀਜ਼ ਦੀ ਗਾਰੰਟੀ ਕਿਵੇਂ ਲੈ ਲਈਏ ਸਾਨੂੰ ਵੀ ਬੜੇ ਮਰੀਜ਼ ਫੋਨ ਕਰਕੇ ਪੁੱਛਦੇ ਆਂ ਵੀ ਐਸ ਦਵਾਈ ਤੁਸੀਂ ਦੰਨੇ ਆ ਜੀ ਅਸੀਂ ਕਾ ਦੰਨੇ ਆ ਜੀ ਉਹ ਕਹਿੰਦੇ ਤੁਸੀਂ ਗਾਰੰਟੀ ਲੰਨੇ ਆ ਮੈਂ ਕਹਾ ਨਹੀਂ ਜੀ ਗਾਰੰਟੀ ਕਿਸ ਚੀਜ਼ ਦੀ ਕਿਵੇਂ ਗਾਰੰਟੀ ਲਈਏ ਤੁਸੀਂ ਦੱਸੋ ਠੀਕ ਹੈ ਜੀ ਤੁਸੀਂ ਦੱਸੋ ਸਾਨੂੰ ਕਿਵੇਂ ਗਾਰੰਟੀ ਲਈਏ ਅਸੀਂ ਤੁਹਾਨੂੰ ਕਹਿ ਦੇਣਾ ਵੀ ਚਾਹ ਪੀਣੀ ਛੱਡੋ ਆ ਛੱਡੋ ਤੁਸੀਂ ਘਰੇ ਜਾ ਕੇ ਛੱਡਣੀ ਨਹੀਂ ਸਾਡੀਆਂ ਗਾਰੰਟੀਆਂ ਕੀ ਕਰਨਗੀਆਂ ਉੱਥੇ ਪਰ ਇਹ ਜ਼ਰੂਰੀ ਹੈ ਬਿਲਕੁਲ ਜੀ ਆਖਰ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਕਿਉਂਕਿ ਪਹਿਲਾਂ ਵੀ ਵੀਡੀਓ ਜਿਹੜੀ ਕੀਤੀ ਸੀ ਉਸ ਦੇ ਵਿੱਚ ਵੀ ਕਾਫੀ ਹਾਲਾਂਕਿ ਮੈਂ ਜਿਹੜੀ ਹਰ ਇੱਕ ਵੀਡੀਓ ਦੇ ਵਿੱਚ ਜਿਹੜਾ ਆ ਸੰਪਰਕ ਨੰਬਰ ਉਸ ਵਿਅਕਤੀ ਦਾ ਜ਼ਰੂਰ ਦਿੰਨਾ ਹੋਣਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਈ ਲੋਕ ਜਿਹੜੇ ਨੇ ਉਹ ਕਮੈਂਟ ਬੱਸ ਸਟਾਰਟਿੰਗ ਦੀ ਵੀਡੀਓ ਦੇਖ ਕੇ ਕਰ ਦਿੰਦੇ ਨੇ ਵੀ ਭਾਈ ਐਡਰੈਸ ਦੋ ਜਾਂ ਕੰਟੈਕਟ ਨੰਬਰ ਡਾਕਟਰ ਸਾਹਿਬ ਦਾ ਦੱਸੋ ਹਾਲਾਂਕਿ ਹਰ ਇੱਕ ਚੀਜ਼ ਜਿਹੜੀ ਹੈ ਕੱਲੀ ਕੱਲਾ ਐਡਰੈਸ ਪ੍ਰੋਪਰ ਐਡਰੈਸ ਜਿਹੜਾ ਹੁੰਦਾ ਆ ਜਗ੍ਹਾ ਦਾ ਕਲੀਨਿਕ ਦਾ ਪ੍ਰੋਪਰ ਦ ਸਾਡਾ ਜਿਹੜਾ ਐਡਰੈਸ ਆ ਜੀ ਉੱਚਾ ਪਿੰਡ ਸੰਘੋੜ ਇਹ ਛੋਟਾ ਜਿਹਾ ਸ਼ਹਿਰ ਹੈ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਆ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਹੈ ਠੀਕ ਹੈ ਜੀ ਜਦੋਂ ਤੁਸੀਂ ਚੰਡੀਗੜ੍ਹ ਵੱਲ ਤੋਂ ਆਉਨੇ ਆ ਤਾਂ 30 35 ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਲੁਧਿਆਣਾ ਤੋਂ ਆਉਨੇ ਆ ਤਾਂ 55 ਕਿਲੋਮੀਟਰ ਦੀ ਦੂਰੀ ਤੇ ਆ ਫਤਿਹਗੜ ਸਾਹਿਬ ਤੋਂ ਆਉਨੇ ਆ ਤਾਂ 12 ਕਿਲੋਮੀਟਰ ਦੀ ਦੂਰੀ ਤੇ ਆ ਹਾਂਜੀ ਸੰਪਰਕ ਨੰਬਰ ਤੁਹਾਡੀ ਟੀਵੀ ਸਕਰੀਨਸ ਤੇ ਦੇਖੋ ਜਿਹੜਾ ਆ ਫਲੈਸ਼ ਹੋ ਰਿਹਾ ਹੋਊਗਾ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਡਾਕਟਰ ਸਾਹਿਬ ਨਾਲ ਕੋਈ ਵੀ ਗੱਲ ਜਿਹੜੀ ਆ ਪਹਿਲਾਂ ਕੋਈ ਵੀ ਜਿਹੜਾ ਪੇਸ਼ੈਂਟ ਦੇਖ ਰਿਆ ਹੋਵੇ ਦਰਸ਼ਕ ਦੇਖ ਰਹੇ ਹੋਣ ਜੇ ਤੁਹਾਡੇ ਨਜ਼ਦੀਕੀ ਕਰੀਬੀ ਕਿਸੇ ਨੂੰ ਪ੍ਰੋਬਲਮ ਹੋਵੇ ਤਾਂ ਜ਼ਰੂਰ ਕੰਟੈਕਟ ਕਰਕੇ ਕੋਸ਼ਿਸ਼ ਕੀਤੀ ਜਾਵੇ ਗੱਲਬਾਤ ਕਰਨ ਦੀ ਕਿਉਂਕਿ ਤੁਹਾਨੂੰ ਅੱਧੀ ਜਿਵੇਂ ਕਹਿੰਦੇ ਨੇ ਨਾ ਵੀ ਚੰਗਾ ਡਾਕਟਰ ਜਿਹੜਾ ਹੁੰਦਾ ਨਾ ਚੰਗੇ ਗੁਰੂ ਦਾ ਚੰਡਿਆ ਜਿਹੜਾ ਹੁੰਦਾ ਚੰਗੀ ਨੌਲੇਜ ਜਿਹਦੇ ਕੋਲੇ ਹੁੰਦੀ ਹੈ ਉਹ ਅੱਧਾ ਰੋਗ ਤਾਂ ਕਹਿੰਦੇ ਗੱਲਬਾਤ ਨਾਲ ਹੀ ਡਾਕਟਰ ਸਾਹਿਬ ਮੁਕਾ ਦਿੰਦਾ ਬੰਦੇ ਕੋਲੇ ਕਿਉਂਕਿ ਡਾਕਟਰ ਕੋਲੇ ਆਉਂਗੇ ਤੁਸੀਂ ਬੈਠੋਗੇ ਅੱਧੀ ਡੀਲਿੰਗ ਨਾਲ ਬੰ ਜ਼ਿਆਦਾ ਤੰਦਰੁਸਤ ਰੱਖਦੀ ਹੈ ਬੰਦਾ ਜੇ ਮੈਂਟਲੀ ਸਟਰੋਂਗ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਕੋਈ ਵੀ ਛੋਟੀ ਤੋਂ ਛੋਟੀ ਬਿਮਾਰੀ ਹੋਵੇ ਉਹ ਵੀ ਮੈਨੂੰ ਲੱਗਦਾ ਇੱਕ ਪਹਾੜ ਵਾਂਗ ਕੰਮ ਕਰ ਜਾਊਗੀ ਪਰ ਜੇ ਚੰਗਾ ਦਿਮਾਗ ਹੋਵੇ ਮੈਂਟਲੀ ਪ੍ਰੋਪਰ ਸਟਰੋਂਗ ਹੋਵੇ ਨਾ ਬੰਦਾ ਤਾਂ ਮੈਨੂੰ ਲੱਗਦਾ ਵੱਡੀ ਤੋਂ ਵੱਡੀ ਬਿਮਾਰੀ ਵੀ ਮੈਨੂੰ ਲੱਗਦਾ ਚੁਟਕੀ ਦੇ ਨਾਲ ਉਹ ਬੰਦਾ ਆਪਣੇ ਆਪ ਨੂੰ ਕਯੂਰ ਕਰ ਸਕਦਾ ਆਪਣੇ ਆਪ ਨੂੰ ਠੀਕ ਕਰ ਸਕਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਉਮੀਦ ਕਰਦੇ ਆਂ ਵੀ ਜਿੰਨੇ ਕ ਜ਼ਰੂਰੀ ਸਵਾਲ ਸੀਗੇ ਮੈਂ ਕੋਸ਼ਿਸ਼ ਕੀਤੀ ਕਿ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਜਿਹੜਾ ਆ ਡਾਕਟਰ ਸਾਹਿਬ ਤੋਂ ਲੈ ਸਕਾਂ ਹੋਰ ਵੀ ਤੁਹਾਡੇ ਜਿਹੜੇ ਜਵਾਲ ਸਵਾਲ ਜਿਹੜੇ ਹੋਣਗੇ ਤੁਸੀਂ ਫੋਨ ਨੰਬਰ ਤੇ ਕੰਟੈਕਟ ਕਰਕੇ ਡਾਕਟਰ ਸਾਹਿਬ ਨੂੰ ਪੁੱਛ ਸਕਦੇ ਹੋ ਅਡਰੈਸ ਬਕਾਇਦਾ ਤੁਹਾਨੂੰ ਜਿਹੜਾ ਯਾਰ ਦੱਸ ਦਿੱਤਾ ਗਿਆ ਆ ਮੈਂ ਦੁਬਾਰਾ ਵੀ ਜਿਹੜਾ ਆ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਕਰਵਾ ਦਿੰਨਾ ਇਸ ਸਮੇਂ ਫਲੈਸ਼ ਹੋ ਰਿਹਾ ਹੋਊਗਾ ਤੁਸੀਂ ਕੰਟੈਕਟ ਕਰਕੇ ਪਿੰਡ ਸੰਘੋਲ ਉੱਚਾ ਪਿੰਡ ਜਿਹੜਾ ਆ ਤੁਸੀਂ ਇੱਥੇ ਆ ਕੇ ਪਹਿਲਾਂ ਡਾਕਟਰ ਸਾਹਿਬ ਨਾਲ ਗੱਲਬਾਤ ਜ਼ਰੂਰ ਕਰਿਓ ਕਿ ਦੂਰ ਨੇੜੇ ਤੋਂ ਆ ਰਹੇ ਹੋਣੇ ਹੋ ਕੋਈ ਖੱਜਲ ਖਵਾਰੀ ਨਾ ਹੋਵੇ ਇਸ ਕਰਕੇ ਸਭ ਤੋਂ ਪਹਿਲਾਂ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ ਐਤਵਾਰ ਨੂੰ ਬੰਦ ਹੁੰਦਾ ਆ ਪਰ ਹਰ ਇੱਕ ਜਿਹੜਾ ਕਿ ਪ੍ਰੋਪਰ ਜਿਹੜੇ ਵੀਕਡੇਜ਼ ਨੇ ਉਹਨਾਂ ਦੇ ਵਿੱਚ ਜਿਹੜਾ ਆ ਇਹ ਖੁੱਲਾ ਰਹੇਗਾ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਉਮੀਦ ਕਰਦੇ ਆਂ ਵੀ ਦੇ ਚੌਥੇ ਬੰਦੇ ਨੂੰ ਚੰਗਾ ਖਾਣ ਦੇ ਬਾਵਜੂਦ ਵੀ ਜਿਹੜਾ ਆ ਐਸੀ ਬਿਮਾਰੀ ਲੱਗ ਰਹੀ ਹੈ ਕੀ ਕਾਰਨ ਸੀ ਕਿ ਤੁਸੀਂ ਜਾਣ ਲੇ ਉਮੀਦ ਕਰਦਾ ਹਰ ਇੱਕ ਸਵਾਲ ਦੇ ਜਿਹੜੇ ਨੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਐਸੇ ਹੋਰ ਇੱਕ ਚੰਗੇ ਟਾਪਿਕ ਨੂੰ ਲੈ ਕੇ ਇੱਕ ਬਿਮਾਰੀ ਨੂੰ ਲੈ ਕੇ ਉਹਦਾ ਕੀ ਇਲਾਜ ਹੋ ਸਕਦਾ ਹੈ ਜਲਦ ਤੋਂ ਜਲਦ ਡਾਕਟਰ ਸਾਹਿਬ ਨਾਲ ਫੇਰ ਮੁਲਾਕਾਤ ਕਰਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼ ਧੰਨਵਾਦ